ਅੱਲਾਹ ਦੀ ਬਰਕਤ, ਅੱਜ ਮੈਂ ਬਣਾਵਾਂਗੀ ਬੰਗਾਲੀ ਭੁਨਾ ਚਿਕਨ। ਬੰਗਾਲੀ ਭੁਨਾ ਚਿਕਨ ਬਣਾਉਣ ਵਾਸਤੇ ਸਾਨੂੰ 1 ਪਾਓ ਚਿਕਨ ਚਾਹੀਦਾ ਹੈ। ਚਲੋ ਫਿਰ ਬਣਾ ਲਈਏ। ਪਤੀਲੀ ਮੈਂ ਅੱਗ ਉੱਤੇ ਰੱਖਤੀ, ਹੁਣ ਮੈਂ ਪਾ ਦਾਂਗੀ ਤੇਲ। 2 ਚਮਚ ਸਾਬਤ ਗਰਮ ਮਸਾਲਾ ਮਿਕਸ ਪਾਵਾਂਗੀ। 6 ਕਲੀਆਂ ਕੱਟ ਕੇ ਪਾ ਦਾਂਗੀ। ਕੜੀ ਪੱਤੇ ਪਾ ਦਾਂਗੀ। ਪੱਤੇ ਦੀ ਖੁਸ਼ਬੂ ਆ ਗਈ, ਹੁਣ ਚਿਕਨ ਪਾ ਦਾਂਗੀ। ਚਿਕਨ ਤੇਲ ਫਰਾਈ ਹੋ ਗਿਆ, ਹੁਣ ਮੈਂ ਪਾ ਦਾਂਗੀ ਪਿਆਜ਼ ਅਤੇ ਟਮਾਟਰ। ਫਿਰ ਮਸਾਲੇ ਪਾ ਦਾਂਗੀ, ਹਲਦੀ ਪਾਵਾਂਗੀ 1 ਚਮਚ, ਥੋੜ੍ਹਾ ਪੀਸੀ ਮਿਰਚ ਪਾਵਾਂਗੀ 1/2 ਚਮਚ, ਗਰਮ ਮਸਾਲਾ ਪਾਵਾਂਗੀ 1/2 ਚਮਚ, ਪੀਸਾ ਧਨੀਆ ਪਾਵਾਂਗੀ 1/2 ਚਮਚ, ਨਮਕ ਪਾਵਾਂਗੀ 1/2 ਚਮਚ, ਜੀਰਾ ਪਾਵਾਂਗੀ 1/2 ਚਮਚ, ਕੁੱਟੀ ਮਿਰਚ ਪਾਵਾਂਗੀ 1/2 ਚਮਚ। 1 ਪਿਆਲੀ ਪਾਣੀ ਪਾ ਦਾਂਗੀ। ਇਹਨੂੰ 15 ਮਿੰਟ ਅਸੀਂ ਦਮ ਵਿੱਚ ਰੱਖ ਦਾਂਗੇ। ਬਿਸਮਿਲ੍ਲਾ ਜੀ, ਬੰਗਾਲੀ ਭੁਨਾ ਚਿਕਨ ਸਾਡਾ ਤਿਆਰ ਹੋ ਗਿਆ। ਹੁਣ ਮੈਂ ਪਾ ਦਾਂਗੀ ਹਰਾ ਧਨੀਆ ਅਤੇ ਹਰੀਆਂ ਮਿਰਚਾਂ, ਅਤੇ ਤੁਹਾਨੂੰ ਡਿਸ਼ ਆਊਟ ਕਰਕੇ ਦਿਖਾਉਂਦੀ ਹਾਂ। ਬੇਟਾ ਜੀ, ਬੰਗਾਲੀ ਭੁਨਾ ਚਿਕਨ ਮੈਂ ਡਿਸ਼ ਆਊਟ ਕਰਤਾ, ਤੁਸੀਂ ਵੀ ਇਸ ਤਰ੍ਹਾਂ ਬਣਾਉਣਾ। ਦੁਆਵਾਂ 'ਚ ਯਾਦ ਰੱਖਣਾ। ਅੱਲਾ ਹਾਫਿਜ਼।